ਸੱਜਣੋ ਤੇ ਮਿੱਤਰੋ ਸਵੇਰ ਸਵੇਰ ਜਹਰਾਸੀ ਕੰਮ ਤੇ ਤੇ ਮੱਖਣ ਵਰਗਾ ਯਾਰਾ ਦਨਾਨ ਟਕਰ ਗਿਆ ਤੇ ਨਾਲ ਖਲੋਤਾ ਸੀ ਆਪਣਾ ਪੇਟੀ ਪਾਈ ਤੇ ਚਾਚਾ ਮਕਬੂਲ ਪੈਸੇ ਪਿਆ ਗੇਣੇ ਦੁਕਾਨ ਚ ਖਲੋਕੇ ਤੇ ਇਹਨਾਂ ਨਾਲ ਲੈ ਆ ਮੈਂ ਮਿੱਠਾ ਜਿਹਾ ਕਲਿੱਪ ਮੈਂ ਕਿ ਠੀਕ ਆ ਦਨਾਨ ਭਾਈ ਤੁਸੀਂ ਵੀ ਜਾਓ ਕੰਮ ਤੇ ਤੇ ਮੈਂ ਵੀ ਜਾਣਾ ਕੰਮ ਤੇ ਸ਼ਾਮ ਨੂੰ ਟਾਈਮ ਨਾਲ ਘਰ ਆ ਜਿਓ ਚੜਦੇ ਸੂਰਜ ਨਾਲ ਵੇਖ ਕੇ ਯਾਦ ਆਇਆ ਵੀ ਚੜਦੇ ਪੰਜਾਬ ਵਾਲਿਓ ਲਹਿੰਦੇ ਪੰਜਾਬ ਦੀਆਂ ਸੋਹਣੀਆਂ ਤੇ ਮਿੱਠੀਆਂ ਸੜਕਾਂ ਦਾ ਕਰੋ ਨਜ਼ਾਰਾ ਸੱਜਣੋ ਤੇ ਮਿੱਤਰੋ ਨਾਲ ਹੀ ਕਰਦੇ ਅੱਜ ਦਾ ਵਲੌਗ ਸਟਾਰਟ ਤੁਸੀਂ ਕਰ ਦਿਓ ਮਿੱਠਾ ਜਿਹਾ ਲਾਈਕ ਤੇ ਨਾਲ ਕਰ ਦਿਓ ਵੀਡੀਓ ਨੂੰ ਸ਼ੇਅਰ ਸੱ ਤਿਸ਼ੂ ਕੀਤਾ ਫੋਨ ਮੈਂ ਕਿਹਾ ਟਿਸ਼ੂ ਸਾਹਿਬ ਆਜੋ ਕੰਮ ਤੇ ਮੈਂ ਆ ਗਿਆ ਨਾਲ ਖੈਰ ਦੇ ਸੱਜਣੋ ਤੇ ਮਿੱਤਰੋ ਬਾਲਣ ਵੀ ਆ ਗਿਆ ਵਾ ਗੱਡੀ ਤੇ ਲੋਡ ਹੋ ਕੇ ਕਿਹਨੂੰ ਤੇ ਮਿੱਤਰੋ ਵਾ ਵ ਦਿਨਾ ਬਾਤ ਅੱਜ ਕੱਟੇ ਦਾ ਨੰਬਰ ਲੱਗਾ ਤੇ ਨਾਲ ਖੈਰ ਦੇ ਦੁਆ ਕਰੋ ਉਹ ਵੀ ਅੱਜ ਕੱਟਾ ਪੂਰਾ ਹੋ ਜਾਏ ਇੱਧਰ ਟਿਸ਼ੂ ਸਾਹਿਬ ਦੀ ਹੋਈ ਆਮਦ ਮੈਨੂੰ ਕਹਿੰਦਾ ਸਾਜੀ ਅਸਲਾਮੁਅਲੈਕ ਮੈਂ ਕਿਹਾ ਵਾਲੈਕੁਮ ਸਲਾਮ ਟਿਸ਼ੂ ਸਾਹਿਬ ਤੁਸੀਂ ਬੜੇ ਲੇਟ ਆਏ ਹੋ ਅੱਜ ਸੱਜਣੋ ਤੇ ਮਿੱਤਰੋ ਮੈਨੀਆਂ ਤੁਹਾਨੂੰ ਮੈਂ ਦੱਸ ਦਤ ਜਾਵਾਂ ਅੱਜ ਪਕਾ ਰਹੇ ਆਂ ਆਪਾਂ ਬੀਫ ਕੋਰਮਾ ਨਾਲ ਪਕਾਵਾਂਗੇ ਚਿਕਨ ਕੋਰਮਾ ਤੇ ਨਾਲ ਪਕਾਵਾਂਗੇ ਮਿੱਠੇ ਚ ਹੁਣ ਇਹਦੇ ਥੱਲੇ ਬਾਲਾਂਗੇ ਅੱਜ ਜਿਨੂੰ ਤੇ ਮਿੱਤਰੋ ਜਿੰਨੀ ਦੇਰ ਨੂੰ ਮੈਂ ਅੱਗ ਬਾਲਦਾ ਤੁਸੀਂ ਨਸ ਪੱਜ ਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਨਾਲੇ ਕਰ ਦਿਓ ਲਾਈਕ ਅੱਗ ਬਾਲਨੀ ਸ਼ੁਰੂ ਕੀਤੀ ਸੀ ਤੇ ਲੱਗ ਕੇ ਬੈਠੇ ਸੀ ਮਿੱਠੇ ਮਿੱਠੇ ਆਪਣੇ ਯਾਰ ਬਾਬਾ ਬਜ਼ੁਰਗ ਤੇ ਉਹਨਾਂ ਨੇ ਵੇਖਿਆ ਵੀ ਧੂਆਂ ਤੇ ਪੈਂਦਾ ਹੁਣ ਅੱਖਾਂ ਦੇ ਵਿੱਚ ਇੱਥੋਂ ਉੱਠੀਏ ਕੱਟੇ ਦੇ ਥੱਲੇ ਲੱਕਣਾ ਐਵੇਂ ਲੋਣੀਆਂ ਪੈਂਦੀਆਂ ਵੀ ਜਿਵੇਂ ਸਵਾਬ ਦਾ ਕੰਮ ਆ ਉਵੇਂ ਕੱਟਾ ਪੱਕਦਾ ਹੀ ਨਹੀਂ ਟਿਸ਼ੂ ਸਾਹਿਬ ਨੇ ਪੂਰੀ ਹਿੰਮਤ ਕੀਤੀ ਇਹਨੇ ਕਿਹਾ ਜਿਨ੍ਹਾਂ ਸਵਾਬ ਹੁੰਦਾ ਕਮਾ ਲਈਏ ਜਿਨੂੰ ਤੇ ਮਿੱਤਰੋ ਬੰਦੇ ਅੱਸੀ ਅੱਜ ਸਿਰਫ ਦੋ ਹੀ ਆ ਕਿਉਂਕਿ ਕੰਮ ਥੋੜਾ ਜ ਤਰਾ ਨੂੰ ਕਰਾਈਏ ਪੱਕਦੇ ਹੋਏ ਕੱਟੇ ਦਾ ਦੀਦਾਰ ਜਿੰਨੇ ਖਾਣਾ ਆਜੋ 2 ਵਜੇ ਤੋਂ ਬਾਅਦ ਅੱਛਾ ਵੀ ਯਾਰ ਨਹੀਂ ਹੋਣਾ ਤੁਹਾਡੀ ਮਰਜ਼ੀ ਮੇਰਾ ਕੰਮ ਸੀ ਸੁਲਾ ਮਾਰਨਾ ਟਿਸ਼ੂ ਕੱਟੇ ਕਰੀਮਾਂ ਨਾਲੇ ਚਾਚੀ ਨੂੰ ਕਵੇ ਚਾਚਾ ਉੱਥੇ ਪਈਆ ਦਹੀਂ ਤੂੰ ਜੱਗ ਦੇ ਵਿੱਚ ਦਹੀਂ ਪਾ ਕੇ ਲੱਸੀ-ਲੁਸੀ ਬਣਾ ਸਾਨੂੰ ਵੀ ਪਿਆ ਆਪ ਵੀ ਪੀ ਸਜਣੋ ਤੇ ਮਿੱਤਰੋ ਅੱਬੂ ਹੁਣੀ ਇਸ ਵਾਸਤੇ ਨਹੀਂ ਆਏ ਕਿਉਂਕਿ ਆਰਡਰ ਡਬਲ ਸੀ ਇਸ ਵਾਸਤੇ ਅੱਬੂ ਹੁਣੀ ਦੂਸਰੀ ਆਰਡਰ ਤੇ ਗਏ ਸਜਣੋ ਤੇ ਮਿੱਤਰੋ ਕੱਟੇ ਦੇ ਵਿੱਚ ਕਰੀਮ ਕ੍ਰੀਮ ਪਾ ਕੇ ਇਹਨੂੰ ਲਾ ਰਹੇ ਆਂ ਪੋਨੀ ਤੁਸੀਂ ਦੱਸਿਓ ਸਹੀ ਵੀ ਕੱਟਾ ਕਿਵੇਂ ਦਾ ਲੱਗ ਰਿਹਾ ਜਾਂ ਫਿਰ ਸਜਣੋ ਤੇ ਮਿੱ ਕਿਵੇਂ ਦਾ ਲੱਗਿਆ ਸਜਰੂ ਤੇ ਮਿੱਤਰੋ ਜੋ ਮਰਜ਼ੀ ਪਿਆ ਪੱਕੇ ਇਹ ਕਿਵੇਂ ਹੋ ਸਕਦਾ ਵੀ ਮੁਰਗੀ ਦਾ ਨੰਬਰਾਂ ਲੱਗੇ ਨਾਲ ਲੱਗਦਾ ਹੁਣ ਪਕਾਉਣ ਲੱਗੇ ਆਪਾਂ ਬੱਗਾ ਕੁੱਕੜ ਸਜਰੂ ਤੇ ਮਿੱਤਰੋ ਕੱਟਾ ਪਕਾਉਣ ਤੋਂ ਬਾਅਦ ਮੈਨੂੰ ਲੱਗੀ ਭੁੱਖ ਮੈਂ ਕਿਹਾ ਲਿਆਓ ਰੋਟੀ ਯਾਰ ਆਪਾਂ ਰੋਟੀ ਖਾ ਲਈ ਸਜਰੂ ਤੇ ਮਿੱਤਰੋ ਮੈਂ ਖਾਣ ਲੱਗਾ ਰੋਟੀ ਜਿੰਨੇ ਖਾਣੀਆ ਆਜੋ ਮੇਰੇ ਨਾਲ ਕੱਟਾ ਖਾਣ ਤੋਂ ਬਾਅਦ ਸੁਨਤ ਰਸੂਲ ਵੀ ਫਿਰ ਪੂਰੀ ਕਰਨੀ ਹੁੰਦੀ ਹੈ ਲੈ ਫਿਰ ਹੁਣ ਖਾਵਾਂਗੇ ਆਪਾਂ ਰਸਗੁੱਲਿਆਂ ਵਾਲੇ ਮਿੱਠੇ-ਮਿੱਠੇ ਚਾਹਵਾਂ ਸਜਨੋ ਤੇ ਮਿੱਤਰੋ ਜਿਨੇ ਖਾਣੇ ਨਾਲ ਮਿੱਠੇ ਚਾਵਲ ਆਜੋ ਮੇਰੇ ਨਾਲ ਤੇ ਤੁਸੀਂ ਕਰ ਦਿਓ ਮਿੱਠਾ ਜਿਹਾ ਲਾਇਕ ਤੇ ਨਾਲੇ ਕਰ ਦਿਓ ਕਮੈਂਟ ਵੀ ਬਣੇ ਕਿਵੇਂ ਦੇ ਨੇ ਸਜਨੋ ਤੇ ਮਿੱਤਰੋ ਲੈ ਫਿਰ ਮਹਿਮਾਨ ਹੁਣ ਆ ਗਏ ਨੇ ਤੇ ਹੁਣ ਰੋਟੀ ਲੱਗਿਆਂ ਚਲੋ ਇਧਰ ਨਿਗਾ ਮਾਰੀਏ ਤੇ ਮਾਸ਼ਾਅੱਲਾ ਕੱਟਾ ਬਿਲਕੁਲ ਤਿਆਰ ਆ ਗਰਮਾ-ਗਰਮ ਮੈਂ ਕਿਹਾ ਹੁਣ ਕਰਾਉ ਸ਼ੁਰੂ ਸਜਨੋ ਤੇ ਮਿੱਤਰੋ ਕੱਟਾ ਬਿਲਕੁਲ ਤਿਆਰ ਹੋ ਗਿਆ ਦਿਸਾਂ ਦੇ ਪਾਕੇ ਤੇ ਚਲਾ ਕੇ ਤੇ ਆਪਾ ਲਈ ਮਾਲਕਾਂ ਕੋ ਆਜ਼ਾਦਤ ਮੈਂ ਕਿਹਾ ਲੈ ਵੀ ਹੁਣ ਅਸੀਂ ਚੱਲੇ ਆ ਮੈਂ ਅੱਬੂ ਨੂੰ ਕੀਤਾ ਫੋਨ ਮੈਂ ਕਿਹਾ ਜੀ ਕਿੱਥੇ ਉਹ ਕਹਿੰਦਾ ਜੀ ਮੈਂ ਸ਼ਾਦੀ ਹਾਲ ਦੇ ਵਿੱਚਾਂ ਤੂੰ ਆ ਜਾ ਇੱਥੇ ਮੈਂ ਛੱਕਿਆ ਮੋਟਰਸਾਈਕਲ ਤੇ ਪਾਤਾ ਸਿੱਧਾ ਟਾਪੋਂ ਟਾਪ ਵਨ ਵੇ ਤੇ ਮੈਂ ਕਿਹਾ ਹੁਣ ਸ਼ਾਦੀ ਹਾਲ ਪਹੁੰਚ ਕੇ ਤੇ ਫੇਰੀ ਬ੍ਰੇਕ ਲਾ ਜਿਨੂੰ ਤੇ ਮਿੱਤਰੋ ਜਿਵੇਂ ਮੈਂ ਸ਼ਾਦੀ ਹਾਲ ਦੇ ਵਿੱਚ ਇੰਟਰ ਹੋਇਆ ਮੈਂ ਵੇਖਿਆ ਮੈਂ ਕਿਹਾ ਲੈ ਵੀ ਅੱਬੂ ਹੁਣਿਆਂ ਨੇ ਵੀ ਇੱਥੇ ਕੰਮ ਬਿਲਕੁਲ ਨਿਬੇੜ ਨਬੂਟ ਦਿੱਤਾ ਭਾਈ ਸ਼ਾਦੀ ਹਾਲ ਦੇ ਵਿੱਚ ਚਾਚਾ ਪਪਾ ਵੀ ਆਇਆ ਹੋਏ ਸੀ ਮੈਨੂੰ ਕਹਿੰਦਾ ਮੇਰਾ ਕਲਿੱਪ ਮੈਂ ਕਿਹਾ ਚਾਚ ਯਾ ਸੁਣਾ ਕੀ ਹਾਲ ਹੈ ਤੇਰਾ ਠੀਕ ਹੈ ਇੱਧਰ ਖਲੋਤਾ ਆਪਣਾ ਵੱਡਾ ਭਰਾ ਮੱਖਣ ਵਰਗਾ ਯਾਰ ਦਿਲਦਾਰ ਮੈਂ ਕਿਹਾ ਦਿਲਦਾਰ ਸਿੱਧਾ ਹੋ ਤੇਰਾ ਕਲਿੱਪ ਮੈਨੂੰ ਕਹਿੰਦਾ ਆਓ ਬਿਸਮਿਲਲਾ ਜਨਾਬ ਕੀ ਹਾਲ ਹੈ ਤੇਰਾ ਮੈਂ ਕਿਹਾ ਠੀਕ ਠਾਕ ਇੱਧਰ ਨਿਗਾ ਮਾਰਾ ਤੇ ਮੇਰਾ ਯਾਰ ਖਲੋਤਾ ਮੁਹੰਮਦ ਹਸਨ ਜੀ ਤੁਹਾਨੂੰ ਤੇ ਮਿੱਤਰੋ ਮਾਰੇ ਮੋਟਰਸਾਈਕਲ ਨੂੰ ਕੇਕ ਅੱਬੂ ਉਹਨਾਂ ਨੇ ਬਿਠਾਇਆ ਮੋਟਰਸਾਈਕਲ ਤੇ ਤੇ ਜਾ ਰਹੇ ਸੀ ਘਰ ਨੂੰ ਤੇ ਰਾਹ ਚ ਆ ਗਿਆ ਮੈਨੂੰ ਫੋਨ ਮੈਨੂੰ ਕਹਿੰਦਾ ਨਬੀਲ ਭਾਈ ਕਿੱਥੇ ਰਹਿ ਗਏ ਆ ਜਾਓ ਯਾਰ ਆ ਕੇ ਮੈਂ ਤੀ ਦੀ ਕੋ ਦੋ ਕ ਦੇਗਾ ਪਕਾ ਤੋ ਮੈਂ ਕਿਹਾ ਯਾਰ ਪਰੇਸ਼ਾਨ ਨਾ ਹੋ ਮੈਂ ਆਇਆ ਮੈਂ ਸਿੱਧਾ ਇੱਥੇ ਸਾਰੇ ਆਪਣੇ ਮੱਖਣ ਵਰਗੇ ਯਾਰ ਮੈਂ ਇਹਨਾਂ ਨਾਲ ਲਈ ਦੁਆਸਾਂ ਪੈ ਹਾਲਚਾਲ ਪੁੱਛਿਆ ਮੈਂ ਕਿਹਾ ਯਾਰ ਸਮਾਨ ਸਮੂਹ ਲਿਆਓ ਪਕਾਈਏ ਦੇਗਾ ਸੱਜਣੋ ਤੇ ਮਿੱਤਰੋ ਥੱਕ ਤੇ ਅੱਜ ਮੈਂ ਬਹੁਤ ਗਿਆ ਸੀ ਮੈਂ ਸੋਚਿਆ ਮੈਂ ਕਿਹਾ ਯਾਰ ਨਾਲ ਲੱਗਦੀ ਹੈ ਹੁਣ ਇਹ ਵੀ ਦੋ ਦੇਗਾ ਪਕਾਈ ਦਈਏ ਸੱਜਣੋ ਤੇ ਮਿੱਤਰੋ ਮੈਂ ਪਕਾ ਲਵਾ ਦੇਗਾ ਨਾਲ ਖੈਰ ਦੇ ਤੁਸੀਂ ਕਰ ਦੋ ਵੀਡੀਓ ਨੂੰ ਸ਼ੇਅਰ ਜਿੰਨਾ ਕੋ ਹੋ ਸਕਦਾ ਆਪਣਾ ਖਿਆਲ ਰੱਖਿਓ ਪਾਕਿਸਤਾਨ ਜ਼ਿੰਦਾਬਾਦ